ਖਾਨ ਮੈਨੂੰ ਕਹਿ ਰਿਹਾ ਕਿ ਇਹ ਉਹੀ ਮੇਲਾ ਜਿੱਥੇ ਨਿਆਣੇ ਬੜੇ ਗਵਾਚੇ ਸੀ, ਉਹ ਮੇਲਾ ਦੂਸਰੀ ਸਟੇਜ ਵਾਲਾ, ਇੱਥੇ ਘੱਟ ਹੀ ਗਵਾਚਦੇ, ਇੱਥੇ ਫੋਟੋਆਂ ਕਰਾਉਣ ਆਉਂਦੇ ਆ। ਠੀਕ ਹੈ ਜੀ, ਸਾਬੀ ਭਾਜੀ ਮੈਂ ਨਾਂ ਨਹੀਂ ਕਦੀ ਲਿਆ ਭਾਜੀ ਦਾ, ਉੱਦਾਂ ਜਦੋਂ ਲੰਘਦੇ ਵੜਦੇ ਜਦੋਂ ਪਿੰਡ ਕਿਤੇ ਮੈਂ ਘੁੰਮਦਾ ਘੁੰਮਦਾ ਹੋਣਾ ਕਿਤੇ, ਇਹਨਾਂ ਨੇ ਕਹਿਣਾ ਆਵੇ ਕਿੱਦਾਂ ਠੀਕ ਠਾਕ ਹੈ ਭਾਜੀ, ਠੀਕ ਹੈ, ਵਾਹ ਆ ਗਏ। ਹੋਰ ਦਸਵੀਂ ਆਏ ਹੋ ਸੰਗਤ ਦੇ ਨਾਤੀ, ਮੇਰੇ ਨਾਤੀ, ਜ਼ੋਰਦਾਰ ਤਾੜੀਆਂ ਹੋਣੀਆਂ ਚਾਹੀਦੀਆਂ ਇਹਨਾਂ ਲਈ। ਛੱਪੜੀ ਜੰਮ ਕਰਦਾ ਜਿੰਦਰ ਬਜ਼ਾਰ ਮੇਰਾ ਕਿਤੇ ਭੰਗੜੇ ਦਾ ਕੰਮ ਕਰਦਾ, ਥੈਂਕ ਯੂ, ਇਹਨਾਂ ਦੀ ਵੀ ਹਾਜ਼ਰੀ ਹੈ, ਥੈਂਕ ਯੂ ਵੈਰੀ ਮੱਚ। ਗੁੱਸਾ ਨਾ ਕਰੋ, ਹੈਗਾ ਇੱਦਾਂ ਦਾ, ਹਾਂਜੀ ਸ਼ੇਰ ਗੌਰ ਫਰਮਾਇਓ ਜੀ, ਸ਼ੇਰ ਵੱਲ ਗੌਰ ਫਰਮਾਓ ਥੋੜ੍ਹਾ ਇੱਧਰ, ਕੀ ਕਹਿੰਦੇ ਆ ਕਿ ਹਮ ਸਮਝ ਬੈਠੇ ਕਿ ਉਹ ਭੋਲੇ ਹੈ, ਆਹਿਸਤਾ ਆਹਿਸਤਾ ਉਨ੍ਹੋਂਨੇ ਕਈ ਰਾਜ਼ ਖੋਲੇ ਹੈ, ਹਮ ਤੋ ਡੂਬ ਗਏ ਥੇ ਉਨਕੀ ਆਂਖੋਂ ਕੇ ਸਮੁੰਦਰ ਮੇਂ, ਸੁਣ ਕੇ ਜ਼ਰਾ, ਹਮ ਸਮਝ ਬੈਠੇ ਕਿ ਵੋ ਭੋਲੇ ਹੈ, ਆਹਿਸਤਾ ਆਹਿਸਤਾ ਉਨ੍ਹੋਂਨੇ ਕਈ ਰਾਜ਼ ਖੋਲੇ ਹੈ, ਹਮ ਤੋ ਡੂਬ ਗਏ ਥੇ ਉਨਕੀ ਆਂਖੋਂ ਕੇ ਸਮੁੰਦਰ ਮੇਂ, ਹਮੇ ਕਿਆ ਮਾਲੂਮ ਥਾ ਕਿ ਸਮੁੰਦਰ ਮੇਂ ਵੀ ਆਗ ਕੇ ਗੋਲੇ ਹੈ, ਤੇ ਕੀ ਸੋਚਦਾ ਹੂੰ ਸੋਚਦਾ ਹੂੰ ਸੋਚਦਾ ਹੂੰ ਸੋਚਦਾ ਹੂੰ ਸੋਚਦਾ ਹੂੰ ਕੇ ਵੋ ਕਿਤਨੇ ਮਾਸੂਮ ਥੇ, ਸੋਚਦਾ ਹੂੰ ਕੇ ਵੋ ਕਿਤਨੇ ਮਾਸੂਮ ਥੇ, ਕਿਉਂ ਸੇ ਕਿਆ ਹੋ ਗਏ ਦੇਖਦੇ ਦੇਖਦੇ, ਸੋਚਦਾ ਹੂੰ ਕੇ ਵੋ ਕਿਤਨੇ ਮਾਸੂਮ, ਸੋਚਦਾ ਹੂੰ ਕਿ ਵੋ ਕਿਤਨੇ ਮਾਸੂਮ ਥੇ, ਕਿਆ ਸੇ ਕਿਆ ਹੋ ਗਏ ਦੇਖਦੇ ਦੇਖਦੇ, ਮੈਨੇ ਪੱਥਰ ਸੇ ਜਿਨਕੋ ਬਣਾਇਆ ਸਨਮ, ਮੈਨੇ ਪੱਥਰ ਸੇ ਜਿਨਕੋ ਬਣਾਇਆ ਸਨਮ, ਮੈਨੇ ਪੱਥਰ ਸੇ ਜਿਨਕੋ ਬਣਾਇਆ ਸਨਮ, ਵੋ ਖੁਦਾ ਹੋ ਗਏ ਦੇਖਦੇ ਦੇਖਦੇ,
ਮਿਹਰਬਾਨੀ, ਸ਼ੁਕਰੀਆ। ਚੰਗਾ ਲੱਗਾ, ਤਾੜੀ ਜ਼ੋਰਦਾਰ ਮਾਰ ਦਿਓ ਭਾਈ। ਜੀ ਠੀਕ ਹੈ। ਲਓ ਜੀ, ਜੋ ਹੁਕਮ ਹੋਇਆ ਉਹ ਮੈਂ ਮੇਰੇ ਸਿਰ ਮੱਥੇ ਹੈ, ਕਿਉਂਕਿ ਮੈਨੂੰ ਪਤਾ ਪਿਛਲੇ ਜਿਹੜੇ ਮੇਰੇ ਭਾਈ ਹੈ ਉਹ ਕਲਾਕਾਰ ਭਾਈ ਜਿਹੜੇ ਮੇਰੇ, ਮੈਨੂੰ ਉਹਨਾਂ ਦੀ ਅਹਿਮੀਅਤ ਵੀ ਪਤਾ ਕਿ ਵੇਟ ਕਰਨੀ ਕਿੰਨੀ ਔਖੀ ਹੈ। ਇੱਕ ਵਾਰ ਖਾਣ ਪਾਣ ਲਈ ਜ਼ੋਰਦਾਰ ਤਾੜੀਆਂ ਵਜਾਓ, ਜਿਹਨੇ ਪੈਸਿਆਂ ਦੀ ਗੱਲ ਬਿਲਕੁਲ ਨਹੀਂ ਕੀਤੀ ਇੱਥੇ ਆਉਣ ਲਈ। ਔਰ ਮੈਂ ਸਾਰਿਆਂ ਨੂੰ ਦੱਸ ਦਵਾਂ ਕਿ ਅੱਜ ਕੱਲ੍ਹ ਇਹਨਾਂ ਮਾਰਕੀਟ 'ਚ 2.5 ਲੱਖ ਰੁਪਈਆ ਰੇਟ ਹੈ, ਪਰ ਇਹ ਪੈਸਿਆਂ ਦੀ ਗੱਲ ਨਹੀਂ ਕਰਕੇ, ਜ਼ੋਰਦਾਰ ਤਾੜੀਆਂ ਭਰਾ ਲਈ ਚਾਹੀਦੀਆਂ, ਪਲੀਜ਼ ਜ਼ੋਰਦਾਰ ਤਾੜੀਆਂ। ਥੈਂਕ ਯੂ ਭਾਜੀ, ਲਵ ਯੂ ਬਹੁਤ ਸਾਰਾ, ਤੁਸੀਂ ਪਿਆਰ ਸਦਕਾ ਆਏ ਹੋ, ਥੈਂਕ ਯੂ ਵੈਰੀ ਮੱਚ। ਇੱਕ ਗੱਲ ਮੈਂ ਕਰਨ ਲੱਗਿਆ, ਕਿਉਂਕਿ ਜਿਹੜੇ ਵੱਡੇ ਵੱਡੇ ਦਰਬਾਰ ਨੇ, ਇਹ ਦਰਬਾਰ ਨੇ, ਵੈਸੇ ਤਾਂ ਸਾਰੇ ਦਰਬਾਰ ਬਹੁਤ ਵੱਡੇ ਹੈ, ਆਪੋ ਆਪਣੀ ਜਗ੍ਹਾ ਦੇ ਵਿੱਚ ਸਾਰੇ ਸਾਰੇ ਬਹੁਤ ਵੱਡੇ ਵੱਡੇ ਦਰਬਾਰ ਹੈ, ਪਰ ਜਿੱਥੇ ਇੰਨੀ ਤਾਦਾਦ ਦੇ ਵਿੱਚ ਸਾਰੇ ਆਉਂਦੇ ਨੇ, ਅਤੇ ਮੈਂ ਉੱਥੇ ਇਹਨਾਂ ਨੇ ਮੈਨੂੰ ਕਿਹਾ, ਮੈਨੂੰ ਕਹਿੰਦੇ ਵੀ ਮਸਤਾਂ 'ਤੇ ਹਾਜ਼ਰੀ ਲਾਉਣੀ ਹੈ, ਅਤੇ ਮੈਂ ਕਿਹਾ ਜੀ ਮੈਂ ਇੱਦਾਂ ਆਊਂਗਾ ਜੀ, ਹੱਥ ਜੋੜ ਕੇ ਆਊਂਗਾ। ਅਤੇ ਅਸੀਂ ਹੁਣ ਆਪਣੇ ਸ਼ਾਹਕੋਟ ਬਿੱਟੂ ਸਰਕਾਰ ਦੇ ਉੱਥੇ ਵੀ ਆਉਣਾ, ਡੇਰੇ ਤੋਂ ਆਏ ਨੇ ਬਾਈ ਹੁਣੀ, ਇੱਕ ਵਾਰੀ ਬਿੱਟੂ ਸਰਕਾਰ ਦੇ ਨਾਂ 'ਤੇ ਤਾੜੀਆਂ ਮਾਰ ਦਿਓ ਜ਼ੋਰਦਾਰ, ਉਹ ਵੀ ਐਸੀ ਹਸਤੀ ਹੋਏ ਹੈ। ਜੈਕਾਰ ਹੈ ਬਾਬੂ ਲਾਲ ਬਾਦਸ਼ਾਹ ਸਰਕਾਰ ਦਾ, ਬੋਲ ਸੱਚੇ ਦਰਬਾਰ ਕੀ, ਦਰਬਾਰ ਕੀ, ਦਰਬਾਰ ਕੀ, ਕਿਆ ਬਾਤ। ਸ਼ਾਹਕੋਟ ਵੀ ਆਉਣਾ ਬਾਬਾ ਬਿੱਟੂ ਸਰਕਾਰ ਜੀ ਦੇ, ਉੱਥੇ ਵੀ ਆਉਣਾ, ਅਤੇ ਤੁਸੀਂ ਸਾਰਿਆਂ ਨੇ ਜਿਹੜੇ ਵੀ ਮੈਨੂੰ ਪਸੰਦ ਕਰਦੇ ਹੋਏ, ਜਿਹਨਾਂ ਨੇ ਜਿਹੜੇ ਮੈਨੂੰ ਪਿਆਰ ਕਰਦੇ ਹੋਏ, ਤਾਂ ਜ਼ਰੂਰ ਆਇਓ ਬਾਈ, ਹੈ ਜਿਹਨਾਂ ਦਾ ਦਿਲ ਕੀਤਾ ਜ਼ਰੂਰ ਆਇਓ, ਜੇ ਫ੍ਰੀ ਹੋਇਆ ਤਾਂ, ਜੇ ਕੰਮ ਕਾਰ ਹੋਇਆ ਤਾਂ ਕੋਈ ਚੱਕਰ ਨਹੀਂ ਬਾਈ, ਹੈ ਨਹੀਂ। 27 ਤਰੀਕ ਹੈ ਜੀ, 27 ਤਰੀਕ ਨੋਟ ਕਰ ਲਓ ਸਾਰੇ ਜਾਣੇ, ਅਤੇ ਜ਼ਰੂਰ ਆਇਓ। ਮੇਰੀ ਇੱਕ ਲਾਸਟ ਆਈਟਮ, ਅਤੇ ਉਸ ਤੋਂ ਬਾਅਦ ਮੈਂ ਮਾਫੀ ਚਾਹਾਂਗਾ। ਅਤੇ ਰਾਜਨ ਭਾਅ ਬੈਠੇ ਹੈ, ਮਾਸ਼ਾ ਬਾਈ, ਸਰਦਾਰ ਅਲੀ ਭਾਅ, ਅਤੇ ਹੋਰ ਵੀ ਬਹੁਤ ਸਾਰੇ ਬੈਠੇ ਨੇ, ਅਤੇ ਮੈਂ ਹਾਂਜੀ ਅੱਛਾ ਅੱਛਾ ਹਾਂ ਹਾਂ ਲੈ, ਇਹ ਵੀ ਰਹਿ ਗਿਆ ਕਿੱਥੇ ਗਏ। ਇੱਕ ਲਾਸਟ ਮੇਰਾ ਮੰਗੀ ਖਾਨ, ਇੱਕ ਵਾਰੀ ਆ ਜਾ ਬਾਈ, ਕਿੱਥੇ ਗਿਆ, ਆ ਜਾ ਇੱਕ ਵਾਰੀ, ਜ਼ੋਰਦਾਰ ਤਾੜੀਆਂ ਮਾਰੋ ਮੰਗੀ ਖਾਨ ਦੇ ਨਾਂ 'ਤੇ ਜੀ। ਮੈਂ ਜਿੱਥੇ ਵੀ ਜਾਵਾਂ ਕਿਤੇ ਨਾ ਕਿਤੇ ਨਵਾਂ ਮੈਨੂੰ ਟੈਲੈਂਟ ਲੱਭ ਹੀ ਜਾਂਦਾ, ਇਹ ਮੇਰਾ ਭਰਾ ਹੈ। ਅਤੇ ਪੈਟਰੋਲ ਪੰਪ ਵਾਲਾ ਮੁੰਡਾ ਤੁਸੀਂ ਦੇਖਿਆ ਹੋਣਾ ਸਾਰਿਆਂ ਨੇ ਯੂਟਿਊਬ 'ਤੇ, GKD ਤੁਹਾਨੂੰ ਸਾਹਿਬ, ਹਾਂਜੀ ਦੇਖਿਆ ਨਾ, ਵਧੀਆ ਗੱਲ ਹੈ, ਹਾਂਜੀ ਬਸ ਬਸ ਆਓ ਜੀ। ਇੱਕ ਸਥਾਈ ਅੰਦਰੇ ਦੇ ਨਾਲ ਮੰਗੀ ਖਾਨ, ਮੰਗੀ ਖਾਨ ਆਓ ਜੀ, ਹਾਂਜੀ ਹੈਲੋ 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 ਜੇਕਰ ਬਾਬਾ ਦਾਨਿਆਲ ਮਾਸਾ ਜੀ ਦਾ, ਬੋਲ ਸੱਚੇ ਦਰਬਾਰ ਕੀ ਜੈ। ਸਾਡੀ ਗੱਲ ਕਿਹਨੇ ਕਿਹਨੇ ਸੁਣਿਆ ਬਾਈ, ਹੈਲੋ ਚੌਥਾ ਨੀ, ਜਦ ਪਹਿਲੀ ਵਾਰੀ ਮੈਂ ਤੇਰੇ ਨਾਲ ਹੋਏ ਸੀ, ਨੀ ਤੈਨੂੰ ਤੱਕਣ ਲਈ ਜਿਹੜੇ ਰਾਤੇ ਅਸੀਂ ਖਲੋਏ ਸੀ, ਨੀ ਜਦ ਪਹਿਲੀ ਵਾਰੀ ਮੈਂ ਤੇਰੇ ਨਾਲ ਹੋਏ ਸੀ,
ਨੀ ਤੈਨੂੰ ਤੱਕਣ ਲਈ ਜਿਹੜੇ ਰਾਤੇ ਅਸੀਂ ਖਲੋਏ ਸੀ, ਨੀ ਜਦੋਂ ਦਿਲ ਦੀ ਤੈਨੂੰ ਅੜੀਏ ਦੱਸਣ ਲੱਗੇ ਸੀ, ਉਹ ਨੀ ਤੂੰ ਫੇਰ ਉਸੇ ਪਲ ਮੁੱਕ ਜਾਂਦੀ ਤਾਂ ਚੰਗਾ ਸੀ, ਉਹ ਤੈਨੂੰ ਚੇਤੇ ਕਰਕੇ ਇਕੱਲੇ ਬਹਿ ਬਹਿ ਰੋਂਦੇ ਨਾ, ਨੀ ਸਾਡੀ ਗੱਲ ਉੱਥੇ ਹੀ ਮੁੱਕ ਜਾਂਦੀ ਤਾਂ ਚੰਗਾ ਸੀ। ਇਹ ਗੱਲ ਗੱਲ ਪਤਾ ਕੀ ਹੈ, ਇਹ ਰੂਹ ਕਹਿ ਰਹੀ ਹੈ, ਇਹ ਰੂਹ ਕਹਿ ਰਹੀ ਹੈ ਮੁਰਸ਼ਿਦ ਨੂੰ, ਜੇ ਗੱਲ ਉੱਥੇ ਤਾਂ ਮੁੱਕ ਜਾਂਦੀ ਚੰਗਾ ਸੀ, ਜੇ ਮਾਤ ਲੋਕ ਤਾਂ ਸਾਨੂੰ ਨਾ ਭੇਜਦੇ ਤਾਂ ਗੱਲ ਬਣੀ ਰਹਿੰਦੀ, ਇੱਥੇ ਆ ਕੇ ਬਹੁਤ ਸਾਰੀਆਂ ਦੁੱਖ ਤਕਲੀਫਾਂ ਦਾ ਸਾਹਮਣਾ ਪਿਆ ਕਰਨਾ ਪਿਆ। ਸੋ ਗੱਲ ਉਹੀ ਹੈ ਪਰ ਗੱਲ ਸੋਚ ਦੀ ਹੈ, ਠੀਕ ਹੈ। ਕੋਈ ਗੱਲ ਨਹੀਂ, ਭਰਾ ਦਾ ਗਾਣਾ ਆਇਆ, ਗਾਣਾ ਸੰਗਤ ਤੋਂ ਪਾਸ ਕਰਾਉਣਾ ਹੁੰਦਾ, ਵੈਸੇ ਇੱਥੇ ਅਲਾਊਡ ਨਹੀਂ ਹੈ, ਪਰ ਠੀਕ ਹੈ ਤੁਸੀਂ ਕੋਈ ਗੱਲ ਨਹੀਂ, ਹਾਂ ਇਹ ਹਕੀਕੀ ਤੌਰ 'ਤੇ ਸੋਚ ਕੇ, ਠੀਕ ਹੈ। ਲਾਸਟ ਅੰਤਰਾ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆ। ਉਹ ਦਿਲ 'ਚ ਵਸਾਉਣ ਤੋਂ ਪਹਿਲਾਂ ਹੀ ਦਿਲ 'ਚੋਂ ਭਾਈ ਰਵਰ ਦਿਓ ਥੋੜ੍ਹੀ ਥੋੜ੍ਹੀ। ਉਹ ਦਿਲ 'ਚ ਵਸਾਉਣ ਤੋਂ ਪਹਿਲਾਂ ਹੀ ਦਿਲ 'ਚੋਂ ਕੱਢ ਜਾਂਦੀ, ਨੀ ਹੁਣ ਵੀ ਛੱਡ ਕੇ ਗਈ ਹੈ ਉਦੋਂ ਹੀ ਛੱਡ ਜਾਂਦੀ। ਉਹ ਦਿਲ 'ਚ ਵਸਾਉਣ ਤੋਂ ਪਹਿਲਾਂ ਹੀ ਦਿਲ 'ਚੋਂ ਕੱਢ ਜਾਂਦੀ, ਨੀ ਹੁਣ ਵੀ ਛੱਡ ਕੇ ਗਈ ਹੈ ਉਦੋਂ ਹੀ ਛੱਡ ਜਾਂਦੀ। ਨੀ ਭੋਲੀ ਸੂਰਤ ਵੇਖ ਕੇ ਦਿਲ ਨੂੰ ਟੇਰੀ ਕਰ ਬੈਠੇ, ਨੀ ਜੇ ਉਹ ਚੁੰਨੀ ਓਲੇ ਲੁਕ ਜਾਂਦੀ ਤਾਂ ਚੰਗਾ ਸੀ। ਉਹ ਤੈਨੂੰ ਚੇਤੇ ਕਰਕੇ ਇਕੱਲੇ ਬਹਿ ਬਹਿ ਰੋਂਦੇ ਨਾ, ਨੀ ਸਾਡੀ ਗੱਲ ਉੱਥੇ ਹੀ ਮੁੱਕ ਜਾਂਦੀ ਤਾਂ ਚੰਗਾ ਸੀ। ਗਲਤੀ ਗੁਸਤਾਖੀ ਮਾਫ। ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੰਗੀ ਵਾਸਤੇ। ਇੱਕ ਵਾਰੀ ਦਰਬਾਰ ਤੋਂ ਮੈਂ ਮਾਫ਼ੀ ਮੰਗਦਾ ਕਿਉਂਕਿ ਬਾਈ ਮੇਰੇ ਨਾਲ ਵੀ ਆਏ ਹੋਏ ਨੇ, ਕਿਉਂਕਿ ਗੱਲ ਤੈਨੂੰ ਦੱਸਦੇ ਕਿ ਇਹ ਸਲੀਮ ਭਾਲ ਪੁੱਛੀ ਗੱਲ ਕੀ ਹੈ, ਮੈਨੂੰ ਨਾ ਪੁੱਛੇ, ਇਹ ਕੱਲ੍ਹ ਪੁੱਛੀ ਅਤੇ ਇਹ ਆਏ ਹੋਏ ਨੇ ਸਾਰੇ। ਮੈਂ ਭਾਅ ਜੀ ਮੇਰਾ ਇੱਕੋ ਹੀ ਆ ਥੋੜ੍ਹਾ ਜਿਹਾ ਵੀ ਮੈਂ ਆਪ ਚਾਹੇ ਗਾਉਣਾ ਅਚੀਕਾ ਤਾੜੀਆਂ ਮੈਨੂੰ ਰੋਜ਼, ਪਰ ਜੇ ਕੋਈ ਨਵੇਂ ਬੰਦੇ ਨੂੰ ਜਿਹੜੇ ਨੂੰ ਨਵੇਂ ਬੰਦੇ ਨੂੰ ਜਿੱਦਾਂ ਉਹ ਮੁੰਡੇ ਪੈਟਰੋਲ ਪੰਪ ਵਾਲੇ ਨੂੰ ਚੀਕਾਂ ਤਾੜੀਆਂ ਵੱਜਦੀਆਂ, ਮੇਰਾ ਦਿਲ ਬਹੁਤ ਵੱਡਾ ਹੋ ਜਾਂਦਾ, ਅਤੇ ਕਿਸੇ ਵਾਸਤੇ ਖੁਸ਼ ਹੋਣਾ ਬੜੀ ਵੱਡੀ ਗੱਲ ਹੈ। ਅਤੇ ਮੈਂ ਇਹ ਸੋਚਦਾ ਵੀ ਅੱਲਾ ਨੇ ਸ਼ੁਕਰਿਆ ਮੈਨੂੰ ਉਹ ਜੈਲਸੀ ਨਹੀਂ ਦਿੱਤੀ, ਸ਼ੁਕਰਿਆ ਅੱਲਾ ਦਾ ਵੀ ਮੈਨੂੰ ਜੈਲਸੀ ਨਹੀਂ ਦਿੱਤੀ। ਕੋਲ ਜਿਹੜਾ ਕੋਈ ਖੜਾ ਮੇਰੇ ਕਲਾਕਾਰ ਵੀ ਭਾਈ ਜਾਂ ਕੋਈ ਆਮ ਇਨਸਾਨ ਵੀ ਜਦੋਂ ਗਾਉਂਦਾ ਜਦੋਂ ਜਾਂਦਾ ਉਹਨੂੰ ਮੂਹਰੇ ਪਿਆਰ ਦਿੰਦੀ ਹੈ ਅਤੇ ਮੇਰਾ ਦਿਲ ਬਹੁਤ ਵੱਡਾ ਹੋ ਜਾਂਦਾ, ਮੈਂ ਹੱਸਦਾ ਹੀ ਰਹਿੰਦਾ ਹਮੇਸ਼ਾ, ਸਮਾਈਲ ਕਰਦਾ ਰਹਿੰਦਾ। ਸੋ ਇਸ ਕਰਕੇ ਇਹਨਾਂ ਨੂੰ ਗਵਾਉਣਾ, ਮੈਂ ਗੁਸਤਾਖੀ ਮਾਫ਼ ਮੇਰੀ ਹੈ ਨਾ ਜੀ, ਇਹ ਦਰਬਾਰ ਤੋਂ ਮੈਂ ਗੁਸਤਾਖੀ ਮੰਗਦਾ ਜੀ। ਅਤੇ ਜੇ ਇੱਕ ਵਾਰੀ ਚੰਗਾ ਲੱਗਾ ਸਾਡਾ ਪ੍ਰੋਗਰਾਮ ਚੰਗਾ ਲੱਗਾ ਤਾਂ ਇੱਕ ਵਾਰੀ ਤਾੜੀਆਂ ਜ਼ਰੂਰ ਮਾਰ ਦਿਓ ਜ਼ੋਰਦਾਰ, ਬੜੀ ਮਿਹਰਬਾਨੀ ਭਾਅ ਜੀ, ਬੜੀ ਮਿਹਰਬਾਨੀ, ਸ਼ੁਕਰੀਆ। ਲਓ ਇਹ ਭੈਣ ਨੇ ਸਾਰਿਆਂ ਨਾਲ ਫੋਟੋਆਂ ਕਰਾਈ ਜਾਂਦੀ, ਕੱਲ੍ਹ ਨੂੰ ਫੇਸਬੁੱਕ ਇਹਨੇ ਸਾਰੀ ਕਵਰ ਕਰਨੀ ਹੈ, ਫੇਸਬੁੱਕ ਦਾ ਬੜਾ ਕਰੇਜ਼ ਅੱਜ ਕੱਲ੍ਹ, ਇਹ ਫੈਨ ਹੈ ਸਾਰੇ, ਚੰਗੀ ਗੱਲ ਹੈ ਕਿ ਹਰ ਕਲਾਕਾਰ ਦੇ ਫੈਨ ਹੈ, ਮੇਰੇ ਵੀ ਫੈਨ ਹੈ, ਬਾਕੀ ਸਾਰੇ ਕਲਾਕਾਰਾਂ ਦੇ ਘਰ ਏ ਸੀ ਲੱਗੇ, ਮੇਰੇ ਇਕੱਲੇ ਦੇ ਫੈਨ ਹੈ। ਰੁਕ ਜਾਓ ਪਲੀਜ਼, ਸਟੇਜ ਖਾਲੀ ਕਰ ਲਓ, ਖਾਨ ਸਾਹਿਬ ਸਾਹਮਣੇ ਬੈਠਣਗੇ। ਇੱਕ ਵਾਰ ਸਾਡੇ ਭਰਾ ਲਈ ਜ਼ੋਰਦਾਰ ਤਾੜੀਆਂ ਚਾਹੀਦੀਆਂ, ਮਾਸ਼ਾਅੱਲਾ ਇੰਨਾ ਪਿਆਰਾ ਗਲਾ, ਇੰਨਾ ਪਿਆਰਾ ਸੁਰ ਇਹਨਾਂ ਨੂੰ ਨਵਾਜ਼ਿਆ,
ਉਸ ਅੱਲਾ ਪਾਕ ਨੇ ਬੜੀ ਕਿਰਪਾ ਕੀਤੀ ਹੋਈ ਹੈ। ਬਹੁਤ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ। ਸੈਲਫੀਆਂ ਬੰਦ ਕਰ ਦਿਉ, ਮੈਂ ਸੇਵਾਦਾਰਾਂ ਨੂੰ ਬੇਨਤੀ ਕਰੂੰਗਾ, ਪਲੀਜ਼ ਮਾਹੌਲ ਸਟੇਜ 'ਤੇ ਖਰਾਬ ਨਾ ਕਰੋ, ਕਿਉਂਕਿ ਬਹੁਤ ਸਾਰੇ ਕਲਾਕਾਰ ਹਜੇ ਗਾਉਣ ਵਾਲੇ ਪਏ ਹੈ।